ਚੋਰੀ ਮੇਲੇ ਸੰਬੰਧੀ ਦੱਸ ਰਹੇ ਸੋਮੇ ਸ਼ਾਹ ਸ਼ੋਅਰੂਮ ਦੇ ਮਾਲਕ ਜੀ ਸਿੰਘਾ, ਪ੍ਰੈਸ ਨਿਊਜ਼ ਸੰਚਾਲਕ ਜਸ ਧੁੰਨਾ ਵਾਲਾ, ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਮਾਨ ਸਰਿਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ। ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ 'ਚ ਪੈਂਦੇ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੁਖਲਾ ਸਾਹਿਬ, ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਵਿਖੇ ਸਾਲਾਨਾ ਗੁਰਮਤਿ ਚੋਰੀ ਮੇਲਾ ਅਤੇ ਖੇਡ ਮੇਲਾ ਨਗਰ ਨਿਵਾਸੀ, ਇਲਾਕਾ ਨਿਵਾਸੀ ਅਤੇ ਚੋਲਾ ਸਾਹਿਬ ਬਾਜ਼ਾਰ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਰਦਾਰ ਰਣਜੀਤ ਸਿੰਘ ਜੀ ਦੀ ਮੈਨੇਜਮੈਂਟ ਹੇਠ ਮਿਤੀ 17 ਜੂਨ 2024 ਦਿਨ ਸੋਮਵਾਰ ਨੂੰ ਬੜੀ ਸ਼ਰਧਾ ਪੂਰਵਕ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਦੱਸ ਰਹੇ ਤਰਸੇਮ ਨਈਅਰ ਚੋਹਲਾ ਸਾਹਿਬ ਸੋਮੇ ਸ਼ਾਹ ਸ਼ੋਅਰੂਮ ਦੇ ਮਾਲਕ, ਉਹਨਾਂ ਨਾਲ ਬੈਠੇ ਬਿੱਲਾ ਆੜਤੀਆ ਚੋਹਲਾ ਸਾਹਿਬ ਅਤੇ ਸਰਦਾਰ ਲੱਖਾ ਸਿੰਘ ਚੋਹਲਾ ਸਾਹਿਬ, ਇਹ ਮੇਲਾ ਜੀ ਸਿੰਘਾ ਟੀਵੀ ਤੇ ਲਾਈਵ ਦੇਖੋ, ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ। ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ, ਸਰਬਜੀਤ ਸਿੰਘ ਸਾਬੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ, ਗੋਬਿੰਦ ਸਿੰਘ ਮਾਨ ਸਰਿਹਾਲੀ ਕਲਾਂ। ਮੈਂ ਪੱਤਰਕਾਰ ਜਸਬੀਰ ਸਿੰਘ। ਚੋਹਲਾ ਸਾਹਿਬ ਦਾ ਚੂਰੀ ਮੇਲਾ ਬੜਾ ਮਸ਼ਹੂਰ ਮੇਲਾ ਹੈ, ਇਹ ਨਗਰ ਵੱਲੋਂ ਮਨਾਇਆ ਜਾਂਦਾ, ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾਂਦਾ, ਆਪਣੇ ਵੱਲੋਂ ਕੋਈ ਨਗਰ ਦੇ ਹੋਣ ਨਾਤੇ ਵਿਚਾਰ ਦੇਣਾ ਚਾਹੁੰਦੇ ਸਰ ਜੀ? ਸਭ ਤੋਂ ਪਹਿਲਾਂ ਤਾਂ ਜੀ ਸਮੂਹ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਕਰਮਾਂ ਭਾਗਾਂ ਵਾਲੇ ਜੀ ਹਾਂ ਜੀ, ਜੋ ਇਹ ਸੁਭਾਗ ਸਾਨੂੰ ਪ੍ਰਾਪਤ ਹੋਇਆ ਜੀ। ਚੋਹਲਾ ਸਾਹਿਬ, ਇਸ ਭੈਣੀ ਨਗਰ ਨੂੰ ਚੋਹਲਾ ਸਾਹਿਬ ਨਾਮ ਦਿੱਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਅਸੀਂ ਬਹੁਤ ਕਰਮਾਂ ਭਾਗਾਂ ਵਾਲੇ ਹਾਂ ਜੀ ਕਿ ਅਸੀਂ ਇਸ ਧਰਤੀ 'ਤੇ ਜਨਮ ਲਿਆ। ਇਸ ਪਿੰਡ ਦੇ ਵਿੱਚ ਇੱਥੋਂ ਦੀ ਨੰਬਰਦਾਰਨੀ ਮਾਈ ਨੇ ਜੋ ਗੁਰੂ ਮਹਾਰਾਜ ਲਈ ਪ੍ਰਸ਼ਾਦਾ ਤਿਆਰ ਕਰਕੇ ਲਿਆਂਦਾ, ਉਹਨਾਂ ਨੇ ਉਸ ਪ੍ਰਸ਼ਾਦੇ ਤੋਂ ਇਸ ਨਗਰ ਨੂੰ, ਉਸ ਪ੍ਰਸ਼ਾਦੇ ਤੋਂ ਹੀ ਇਸ ਨਗਰ ਨੂੰ ਨਾਮ ਦੇ ਦਿੱਤਾ। ਆਪ ਜੀ ਦੇ ਕਹਿਣ ਦਾ ਭਾਵ ਹੈ ਕਿ ਉਹਨੇ ਮਾਈ ਨੇ ਇੰਨੀ ਕੁ ਸੇਵਾ ਕੀਤੀ ਸਤਿਗੁਰੂ ਦੇ ਚਰਨਾਂ 'ਚ ਆ ਕੇ, ਅਤੇ ਸਤਿਗੁਰੂ ਪ੍ਰਸੰਨ ਹੋ ਕੇ ਉਹਦੇ ਲਾਭ ਵਰਤੇ। ਜੀ ਜੀ ਬਿਲਕੁਲ ਜੀ, ਉਹ ਲੰਬੜਦਾਨੀ ਜੀ ਨੇ ਸੇਵਾ ਕੀਤੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੋਂ ਪ੍ਰਸੰਨ ਹੋ ਕੇ ਭੈਣੀ ਤੋਂ ਇਸ ਪਿੰਡ ਨੂੰ ਕੋਹਲਾ ਸਾਹਿਬ ਵਸਾਇਆ, ਅਤੇ ਬਹੁਤ ਵੱਡੀ ਉਪਲਬਧੀ ਹੈ ਜੀ। ਅੱਜ ਚੂਰੀ ਮੇਲਾ ਆਪਾਂ ਮਨਾਉਣ ਜਾ ਰਹੇ ਹਾਂ, ਸਾਰਾ ਨਗਰ ਰਲ ਕੇ ਮਨਾਉਂਦੇ ਹੋ? ਹਾਂ ਜੀ ਬਿਲਕੁਲ ਜੀ ਬਿਲਕੁਲ, ਇਹ ਸਾਡਾ ਭਾਈਚਾਰਾ ਸਾਂਝ ਆ, ਸਾਰਾ ਬਾਜ਼ਾਰ ਸਾਰਾ ਨਗਰ ਵੱਧ ਚੜ੍ਹ ਕੇ ਹਿੱਸਾ ਲੈਂਦਾ ਵਾ। ਇੱਥੋਂ ਦੀ ਇੱਕ ਸੰਪਰਦਾਇਕ ਹੈ ਜੀ, ਸੰਤ ਬਾਬਾ ਤਾਰਾ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ ਇੱਕ ਨਗਰ ਕੀਰਤਨ ਲੈ ਕੇ ਆਉਂਦੇ ਆ ਜੀ ਇਸ ਦਿਨ, ਸਰਿਆਲੀ ਸਾਹਿਬ ਤੋਂ ਚੱਲ ਕੇ ਚੋਹਲਾ ਸਾਹਿਬ, ਔਰ ਬਹੁਤ ਮੇਲੇ ਦਾ ਰੂਪ ਧਾਰਨ ਕਰ ਚੁੱਕਾ ਵਾ। ਚੋਹਲਾ ਸਾਹਿਬ ਦਾ ਬਾਜ਼ਾਰ ਜਿਹੜਾ ਵਾ ਬੜੇ ਉਤਸ਼ਾਹ ਨਾਲ ਇਹ ਮੇਲਾ ਮਨਾਉਂਦਾ ਵਾ, ਅਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗਾਂ ਵੀ ਇਸ ਤੋਂ ਵੱਧ ਚੜ੍ਹ ਕੇ ਸਾਰਾ ਨਗਰ ਮੇਲਾ ਮਨਾਵੇ, ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਚੂਰੀ ਆਪਦੇ ਕਹਿੰਦਾ ਬਾਬਾ ਚੂਰੀ ਮੇਲਾ ਮਨਾਇਆ ਜਾ ਰਿਹਾ ਜੋ ਆਪਾਂ 17 ਨੂੰ ਮਨਾ ਰਹੇ ਹਾਂ। ਹਾਂਜੀ ਬਿਲਕੁਲ, ਇਲਾਕਾ ਨਿਵਾਸੀ, ਨਗਰ ਨਿਵਾਸੀ ਹੂੰ ਆ ਕੇ ਪਹੁੰਚਣ ਕਿ ਇਹ ਮੇਲਾ ਦਿਨ ਦੁਬੀ ਰਾਤ ਚੌਵੀ ਤਰੱਕੀ ਪਾਵੇ। ਬਿਲਕੁਲ ਜੀ, ਸਾਰੇ ਨਗਰ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ, ਸਮੂਹ ਸਾਧ ਸੰਗਤ ਵੱਧ ਚੜ੍ਹ ਕੇ ਇਸ ਮੇਲੇ ਦੇ ਵਿੱਚ ਹਿੱਸਾ ਲੈਣ, ਤਾਂ ਕਿ ਅੱਗੇ ਤੋਂ ਵੀ ਇਸ ਤੋਂ ਵਧੀਆ ਤਰੀਕੇ ਨਾਲ ਮੇਲਾ ਮਨਾਇਆ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਤਰਸੇਮ ਨਈਅਰ ਜੀ। ਬਿੱਲਾ ਜੀ ਆਪ ਬੈਠੇ ਹੋ, ਦੱਸਣਾ ਚਾਹੋਗੇ ਚੋਹਲਾ ਸਾਹਿਬ ਦੇ ਚੂਰੀ ਮੇਲੇ ਨੂੰ ਕਿਵੇਂ ਉਡਾ? ਲੱਖਾ ਸਿੰਘ ਜੀ ਬੋਲ ਰਹੇ ਹੋ? ਹਾਂਜੀ। ਚੋਹਲਾ ਸਾਹਿਬ ਚੂਰੀ ਮੇਲਾ ਹੋ ਰਿਹਾ ਗੁਰੂ ਅਰਜਨ ਦੇ ਦਰਬਾਰ ਤੇ, ਚਾਰ ਸਾਨੂੰ ਆਪਣੇ ਵੱਲੋਂ ਨਗਰ ਦੇ ਹੋਣ ਨਾਤੇ ਸੜਕਾਂ ਨੂੰ ਚੱਲ ਦੇਣਾ ਚਾਹੋਗੇ ਚੂਰੀ ਮੇਲੇ ਸੰਬੰਧੀ? ਬਹੁਤ ਬਹੁਤ ਮਿਹਰਬਾਨੀ ਹੈ ਜੀ ਤੁਹਾਡੀ, ਦਿਖਾਉਣ ਦੀ, ਕਰਨ ਦੀ,
ਆਪ ਜੀ ਕਹਿਣਾ ਚਾਹੁੰਦੇ ਹੋ ਕਿ ਇਹ ਚੂਰੀ ਮੇਲਾ ਬੜਾ ਮਸ਼ਹੂਰ ਹੈ ਚੋਲਾ ਸਾਹਿਬ ਦਾ ਗੁਰੂ ਅਰਜਨ ਦੇ ਦਰਬਾਰ ਤੇ ਨਗਰ ਨੂੰ ਅਸੀਂ ਰਲ ਕੇ ਪ੍ਰਬੰਧਨ ਰਲ ਕੇ ਇਲਾਕਾ ਨੂੰ ਅਸੀਂ ਰਲ ਕੇ ਮਨਾ ਰਹੇ ਹਾਂ ਤੇ ਅੱਜ ਵੀ ਸਾਰੇ ਇਲਾਕੇ ਨੂੰ ਹੈ ਆਪਣੇ ਵੱਲੋਂ ਤੇ ਇਹ ਮੇਲਾ ਵੱਧ ਚੜ ਕੇ ਮਨਾਇਆ ਚੜ ਕੇ ਮਨਾਇਆ ਸਾਰੇ ਭਾਈ ਸਾਡੇ ਬੈਠੇ ਸਾਰੇ ਰਲ ਮਿਲ ਕੇ ਅੱਛਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੁਨਾ ਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ 'ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀ ਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ HD ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ਹੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793191462 98726 35913